लुधियाना पुलिस नूं उस वेले वड्डी कामयाबी हासिल हुई जदों लुधियाना पुलिस दे वलों चलाई गई गुंडा अंसरां दे खिलाफ मुहिम दे तहत पिछले लंबे समय तों भगोड़ा चल रहे व्यक्ति नूं उनां दे वसूली पिंड दे नेड़ियों फड़न दे विच कामयाबी हासिल हुई। पत्रकारां नाल गल्लबात करदिआं पुलिस कमिश्नर लुधियाना ने दस्सिआ कि इस दोषी दे उपर पहलां वी कई अपराधक मामले दर्ज ने, बाकी रिमांड दौरान कई अहम खुलासे होण दी संभावना वी उनां ने कहा है कि जताई जा सकती है। लुधियाना तो अज दी आवाज़ दे लई दीपक पुरी दी रिपोर्ट। जिहड़ा क्राइम दे अगेंस्ट कमिश्नरेट लुधियाना वालों लुधियाना पुलिस वालों जो क्राइम दे अगेंस्ट जो क्रिमिनल है एक जिहड़ी कंपेन चलाई जा रही सी उस कंपेन सानूं बड़ी वड्डी कामयाबी मिली। जिहड़ा 2016 तो वांटड क्रिमिनल जिहड़ा अजय शर्मा उर्फ अजय पंडित दे नाम नाल मशहूर है, इहनूं ऊने दे वसोली पिंड दे नेड़ियों कल शाम साडी जिहड़ी ADCP तुषार गुप्ता आप गए सी, उहनां दे नाल इंस्पैक्टर्स ते दो साडियां टीम ने उत्थों असीं फड़न दे विच कामयाब होए हां। इहदे ते टोटल पंजाब दे विच 11 परचे जिहड़े रजिस्टर्ड आ, 2 केसिस दे विच PO है, ते इहदे नाल नाल पता लग्गा 1307 दा शायद हिमाचल दे विच वी असीं डिटेल कलैक्ट कर रहे हां। इहनूं इहदे तों 2 वैपन सानूं मिले हैं ਜਿਹੜੇ ਕਿ 32 ਬੋਰ ਦੇ ਪਿਸਟਲ ਹੈ, ਅਤੇ ਇੱਕ ਹੋਰ ਇਹਦੀ ਪੁੱਛਗਿੱਛ ਦੇ ਦੌਰਾਨ ਆਇਆ ਵੀ ਜੇਲ੍ਹ 'ਚ ਇੱਕ ਆਦਮੀ ਬੈਠੇ ਨਾਲ ਇਹ ਰੈਗੂਲਰ ਇਨ ਟੱਚ ਸੀ, ਅਤੇ ਇਹਨਾਂ ਦਾ ਮਕਸਦ ਅੱਗੇ ਕਿਸੇ ਨੂੰ ਹੋਰ ਮਾਰਨਾ ਸੀ, ਅਤੇ ਉਹ ਬੰਦੇ ਦਾ ਹਜੇ ਨਾਂ ਨਹੀਂ ਡਿਸਕਲੋਜ਼ ਕਰ ਸਕਦੇ ਕਿਉਂਕਿ ਉਹਨੂੰ ਅਸੀਂ ਵਾਰੰਟ 'ਤੇ ਲੈ ਕੇ ਆਉਣਾ ਹੈ। ਪਰ ਇਹਨੂੰ ਕਹਿ ਸਕਦੇ ਹਾਂ ਇੱਕ ਤਾਂ ਜਿਹੜਾ 2016 ਤੋਂ ਭਗੌੜਾ ਕ੍ਰਿਮੀਨਲ ਨੂੰ 2023 ਦੇ ਪਹਿਲੇ 3 ਦਿਨਾਂ ਦੇ ਵਿੱਚ ਫੜਨ 'ਚ ਕਾਮਯਾਬ ਹੋਏ ਹੈ, ਨੰਬਰ 2 'ਤੇ ਇੱਕ ਜਿਹੜਾ ਹੋਣ ਵਾਲਾ ਕਤਲ ਹੈ ਉਹਨੂੰ ਰੋਕਣ ਦੇ ਵਿੱਚ ਕਾਮਯਾਬ ਹੋਏ ਆ। 2 ਇਹਨਾਂ ਤੋਂ ਵੈਪਨ ਮਿਲ ਗਏ, ਇੱਕ ਪਤਾ ਲੱਗਿਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਦਿੱਤਾ ਹੋਇਆ, ਉਹ ਵੀ ਅਸੀਂ ਉਹਦੀ ਇਨਕੁਆਇਰੀ ਕਰਕੇ ਅੱਗੇ ਉਹਦੇ ਵੈਪਨ ਲੈ ਕੇ ਆਵਾਂਗੇ। ਅਤੇ ਦੂਜਾ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਬੈਠਾ ਉਹਨੂੰ ਪ੍ਰੋਡਕਸ਼ਨ ਵਾਰੰਟ ਦੇ ਵਿੱਚ ਲੈ ਕੇ ਆ ਕੇ ਵੀ ਕਿਵੇਂ ਪਲਾਨ ਸੀ ਅਤੇ ਕੀ ਅੱਗੇ ਕ੍ਰਾਈਮ ਕਰਨਾ ਸੀ ਉਹਦੇ ਮੁਤਾਬਕ ਉਹਨੂੰ ਕਰਾਂਗੇ। ਹਾਂਜੀ, ਇਹ ਲੁਧਿਆਣੇ ਦਾ ਹੀ ਹੈ, ਇਹਦਾ ਹੈਗਾ ਗੁਰੂ ਅਰਜਨ ਦੇਵ ਨਗਰ ਲੁਧਿਆਣਾ, ਪੁੱਤਰ ਬਿਸ਼ਨ ਦਾਸ। अच्छा एदा, एदा, हाँ वो भी हाँ वो कोई गल नहीं, उन्होंने सारा देखो इतने जे उन्होंने कह दो अजय पंडित उन्ने तो जाके फड़े जा सकता तो लुधियाना पुलिस कैपेबल है। नहीं ना जरूर आया सी, तो गल बड़ी डूंगाई पड़ताल कर रहे हैं। देखो तुहाडे जरिए भी मैं गल शेयर करना चाहूँगा, क्रिमिनल असीं कहिंदे आ वी जे क्राइम करोंगे ਇਹ ਹੋ ਸਕਦਾ ਵੀ ਦੇਰ ਹੋਵੇ। ਇਹ 16 ਤੋਂ ਭੱਜਿਆ ਰਿਹਾ ਸੀ, ਸਾਡੀ ਟੀਮ ਨੇ ਮਿਹਨਤ ਕੀਤੀ ਹੈ, ਉਹਦੇ 16 ਤੋਂ ਭੱਜਿਆ ਸੀ ਅਤੇ 21 ਦੇ 20 ਦੇ ਵਿੱਚ ਵੀ ਇਹਨੇ 2 ਇੱਥੇ ਆ ਕੇ ਵਾਰਦਾਤਾਂ ਕੀਤੀਆਂ, ਫਿਰ ਪਕੌੜਾ ਹੋ ਗਿਆ। ਅਸੀਂ ਉਨੇ ਤੋਂ ਇਹਨੂੰ ਫੜਨ ਦੇ ਹਿਮਾਚਲ ਦੇ ਵਿੱਚ ਕਾਮਯਾਬ ਹੋਏ ਹਾਂ। ਸਾਡੀ ਟੀਮ ਕਾਬਲ ਹੈ, ਸਕਸ਼ਮ ਹੈ, ਜੇ ਕ੍ਰਾਈਮ ਕਰੋਂਗੇ ਸਾਡੀ ਨਿਗਾਹ, ਅਸੀਂ ਉਹਨੂੰ ਜਿੱਥੋਂ ਵੀ ਹੋਵੇ ਧੂ ਕੇ ਲਿਆਵਾਂਗੇ, ਫੜ ਕੇ ਹਵਾਲਾਤ 'ਚ ਬੰਦ ਕਰਾਂਗੇ। ਨਹੀਂ ਹੋਰ ਵੀ ਕਈ ਥਾਵਾਂ ਹਜੇ ਦੇਖੋ, ਕੱਲ੍ਹ ਲੇਟ ਸਾਡੀ ਟੀਮ ਪਹੁੰਚੀ ਹੈ ਇੱਥੇ, ਅਤੇ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ। ਰਿਮਾਂਡ ਲੈ ਕੇ ਕਿੱਥੇ ਕਿੱਥੇ 18 ਸੀ, ਜਦੋਂ 20 ਦੇ ਵਿੱਚ ਭਗੌੜੇ ਹੋਣ ਤੋਂ ਬਾਅਦ 20 ਦੇ ਵਿੱਚ ਵੀ ਕ੍ਰਾਈਮ ਕੀਤਾ ਤਾਂ ਕਿਸੇ ਨੇ ਸ਼ੈਲਟਰ ਕੀਤਾ, ਕੀ ਕੀਤਾ, ਦੈਟਸ ਅ ਪਾਰਟ ਆਫ ਇਨਵੈਸਟੀਗੇਸ਼ਨ, ਉਹ ਲਿਆਵਾਂਗੇ। ਜੇਲ੍ਹ ਦੇ ਵਿੱਚ ਵੀ ਜਿਹੜਾ ਇਹਦਾ ਸਾਥੀ ਜਿਹਦੇ ਨਾਲ ਇਨ ਟੱਚ ਸੀ, ਉਹਦੇ ਕੋਲ ਮੋਬਾਈਲ ਕਿਵੇਂ ਚੱਲ ਰਿਹਾ ਸੀ, ਕਿਵੇਂ ਉਹਦੇ ਨਾਲ ਇਨ ਟੱਚ ਸੀ, ਕੀ ਗੱਲਬਾਤ ਸੀ, ਕੀ ਪਲੈਨਿੰਗ ਸੀ, ਅਤੇ ਜਿਹੜਾ ਨਾਂ ਨਹੀਂ ਮੈਂ ਡਿਸਕਲੋਜ਼ ਕਰ ਸਕਦਾ, ਇਹਨਾਂ ਨੇ ਅੱਗੇ ਮਾਰਨਾ ਸੀ। ਇਹ ਫੜਨ ਦੇ ਨਾਲ ਇੱਕ ਕ੍ਰਿਮੀਨਲ ਜਿਹੜਾ ਵਾਂਟਡ ਕ੍ਰਿਮੀਨਲ ਫੜਿਆ ਗਿਆ, ਦੂਜਾ 2 ਵੈਪਨ ਮਿਲ ਗਏ, ਤੀਜਾ ਜਿਹੜਾ ਇੱਕ ਵੱਡਾ ਹੋਣ ਵਾਲਾ ਕ੍ਰਾਈਮ ਹੈ ਉਹਨੂੰ ਰੋਕਣ 'ਚ ਕਾਮਯਾਬ ਹੋਏ ਹਾਂ। ਥੈਂਕ ਯੂ ਸੋ ਮੱਚ।